ਸਾਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਖਬਰਾਂ ਦੇ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਆ ਬਾਰੂਨ ਕੌਰ ਮਾਨ ਤੇ ਖਬਰਾਂ ਦੇ ਬਲਟਨ ਦੇ ਸਪਾਂਸਰ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਦਾਵਾ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਨੇ ਔਰ ਇਹਨਾਂ ਦਾ ਫੋਨ ਨੰਬਰ ਹੈ 916320934 ਤੇ ਹੁਣ ਪੇਸ਼ ਨੇ ਪਹਿਲਾਂ ਛੋੜ ਵਿਆਂ ਖਬਰਾਂ ਛੇ ਰਾਜਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਦੀ ਕਰਜ਼ਾ ਮਾਫੀ ਯੋਜਨਾ ਵਿਰੁੱਧ ਅਪੀਲ ਦਾਇਰ ਅਦਾਲਤ ਨੇ ਯੋਜਨਾ ਉੱਪਰ ਲਾਈ ਅਰਜ਼ੀ ਰੋਕ ਆਬੂਦਾਬੀ ਗਏ 100 ਪੰਜਾਬੀ ਫਸੇ ਨਹੀਂ ਦਿੱਤੇ ਜਾ ਰਹੇ ਪਾਸਪੋਰਟ ਰਿਟੇਨ ਦਾ ਪੀਐਮ ਬਣਨ ਤੇ ਸੁਨਕ ਨੂੰ ਵਾਈਡਨ ਸਮੇਤ ਨਾਰਾਇਣ ਮੂਰਤੀ ਅਤੇ ਮਹਿੰਦਰਾ ਨੇ ਦਿੱਤੀ ਵਧਾਈ ਵਾਈਡਨ ਨੇ ਵਾਈਟ ਹਾਊਸ ਵਿੱਚ ਕੀਤੀ ਹੁਣ ਤੱਕ ਦੇ ਸਭ ਤੋਂ ਵੱਡੇ ਦੀਵਾਲੀ ਸਮਾਗਮ ਦੀ ਮੇਜ਼ਬਾਨੀ ਅਮਰੀਕਾ ਦੇ ਹਸਪਤਾਲ ਅਤੇ ਸਕੂਲ ਵਿੱਚ ਗੋਲੀਬਾਰੀ 4 ਹਲਾਕ ਚਿਨੀ ਫੌਜ ਨੂੰ ਸਖਲਾਈ ਦੇ ਰਿਹਾ ਸੀ ਅਮਰੀਕੀ ਪਾਇਲਟ ਆਸਟ੍ਰੇਲੀਆ 'ਚ ਗ੍ਰਫਤਾਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਦੇਸ਼ ਵਿਦੇਸ਼ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਅਮਰੀਕਾ ਦੇ 6 ਰਾਜਾਂ ਨੇ ਰਾਸ਼ਟਰਪਤੀ ਜੋ ਵਾਈਡਨ ਵੱਲੋਂ ਲਾਗੂ ਵਿਦਿਆਰਥੀਆਂ ਦੀ ਕਰਜ਼ਾ ਮਾਫੀ ਯੋਜਨਾ ਦਾ ਵਿਰੋਧ ਕਰਦਿਆਂ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ। ਇਨ੍ਹਾਂ ਰਾਜਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਕਾਰਨ ਉਨ੍ਹਾਂ ਨੂੰ ਵੱਡੀ ਪੱਧਰ ਉੱਪਰ ਵਿੱਤੀ ਨੁਕਸਾਨ ਪੁੱਜੇਗਾ। ਕੰਜ਼ਰਵੇਟਿਵ ਪਾਰਟੀ ਦੀ ਸੱਤਾ ਵਾਲੇ 6 ਰਾਜ ਅਰਕੰਸਾਸ, ਲੋਵਾ, ਕੰਜ਼ਾਸ, ਮਿਸौरी, ਨਿਵਾਰਸਕਾ ਅਤੇ ਦੱਖਣੀ ਕੈਰੋਲਿਨਾ ਦੁਆਰਾ ਦਾਇਰ ਅਪੀਲ ਵਿੱਚ ਕ્યાਹ ਗਿਆ ਹੈ ਕਿ ਰਾਸ਼ਟਰਪਤੀ ਇੰਨੀ ਵੱਡੀ ਪੱਧਰ ਉੱਪਰ ਕਰਜ਼ਾ ਮਾਫ਼ ਕਰਨ ਦਾ ਅਧਿਕਾਰ ਨਹੀਂ ਰੱਖਦੇ ਇਨ੍ਹਾਂ ਰਾਜਾਂ ਨੇ ਦਲੀਲ ਦਿੱਤੀ ਹੈ ਕਿ ਇਸ ਯੋਜਨਾ ਰਾਹੀਂ ਉਹਨਾਂ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਰਾਜਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਇੱਕ ਹਫ਼ਤੇ ਦੇ ਲਈ ਯੋਜਨਾ ਉੱਪਰ ਆਰ.ਟੀ. ਰੋਕ ਲਾ ਦੇਵੇ ਤਾਂ ਜੋ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਣ ਤੇ ਰਾਹਤ ਲੈ ਸਕਣ ਵਿਸੌਰੀ ਦੀ ਇੱਕ ਸੰਗੀ ਅਦਾਲਤ ਦੁਆਰਾ ਇਸ ਕਿਸਮ ਦੀ ਧਾਇਰ ਅਪੀਲ ਰੱਦ ਕਰ ਦੇਣ ਉਪਰੰਤ ਰਾਜਾ ਵੱਲੋਂ ਏਥਟ ਸਰਕਟ ਕੋਰਟ ਆਫ ਅਪੀਲਸ ਵਿੱਚ ਰਾਸ਼ਟਰਪਤੀ ਦੀ ਯੋਜਨਾ ਵਿਰੁੱਧ ਦੁਬਾਰਾ ਅਪੀਲ ਧਾਇਰ ਕੀਤੀ ਗਈ ਹੈ ਫਿਲਹਾਲ ਅਦਾਲਤ ਨੇ ਰਾਜਾ ਦੀ ਅਪੀਲ ਤੇ ਯੋਜਨਾ ਉੱਪਰ ਆਰਜੀ ਤੌਰ ਤੇ ਰੋਕ ਲਗਾ ਦਿੱਤੀ ਹੈ ਏਥਟ ਸਰਕਟ ਕੋਰਟ ਆਫ ਅਪੀਲਸ ਦੇ ਕੁੱਲ 11 ਸਰਗਰਮ ਜੱਜਾਂ ਵਿੱਚੋਂ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੁਆਰਾ ਪੰਜ ਡੋਨਾਲਡ 트੍ਰੰਪ ਵੱਲੋਂ ਚਾਰਜ ਤੇ ਜਾਰਜ ਐਚ ਡਬਲਯੂ ਤੇ ਬਰਾਕ Obama ਦੁਆਰਾ ਇੱਕ ਇੱਕ ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਅਦਾਲਤ ਨੇ ਹਾਲਾਂਕਿ ਆਰਜੀ ਤੌਰ ਤੇ ਵਾਈਡਨ ਪ੍ਰਸ਼ਾਸਨ ਨੂੰ ਯੋਜਨਾ ਉੱਪਰ ਅੱਗੇ ਵਧਣ ਤੋਂ ਰੋਕ ਦਿੱਤਾ ਪਰੰਤੂ ਨਾਲ ਹੀ ਕਿਹਾ ਗਿਆ ਹੈ ਕਿ ਵਿਦਿਆਰਥੀ ਰਾਹਤ ਲੈਣ ਲਈ ਦਰਖਾਸਤਾਂ ਦੇ ਸਕਦੇ ਨੇ। ਅਜੇ ਇਹ ਸਪਸ਼ਟ ਨਹੀਂ ਹੈ ਕਿ ਅਦਾਲਤ ਅਕਲੀ ਕਾਰਵਾਈ ਕਦੋਂ ਕਰੇਗੀ ਇਸੇ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਉਪਤ 6 ਰਾਜਾਂ ਤੇ ਹੋਰ ਕੰਜ਼ਰਵੇਟਿਵ ਤਿਰਾਂ ਦੁਆਰਾ ਕਰਜ਼ਾ ਮਾਫੀ ਯੋਜਨਾ ਨੂੰ ਪੱਟੜੀ ਤੋਂ ਲਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਨਿੰਦਾ ਕੀਤੀ ਹੈ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦੀ ਯੋਜਨਾ ਦੇ ਹੰਗਾਰੇ ਵਿੱਚ ਹਫ਼ਤੇ 'ਚ 22 ਲੱਖ ਅਰਖਾਸਤਾਂ ਆ ਚੁੱਕੀਆਂ ਨੇ ਜੋ ਕੰਜ਼ਰਵੇਟਿਵ ਲੋਕਾਂ ਨੂੰ ਪਸੰਦ ਨਹੀਂ ਹੈ ਇਸ ਯੋਜਨਾ ਹੇਤ ਤੇ 1,25,000 ਦੀ ਕਮਾਈ ਵਾਲੇ ਇੱਕਹਿਰੇ ਵਿਅਕਤੀ ਤੇ 2.5 ਲੱਖ ਡਾਲਰ ਦੀ ਆਮਦਨੀ ਵਾਲੇ ਵਿਅਕਤੀ ਜੋੜੇ 2 ਲੱਖ ਡਾਲਰ ਤੱਕ ਕਰਜ਼ਾ ਰਾਹਤ ਲੈਣ ਲਈ ਦਰਖਾਸਤਾਂ ਦੇ ਸਕਦੇ ਨੇ। ਰੋਜ਼ਗਾਰ ਦੇ ਸਿਲਸਿਲੇ ਵਿੱਚ ਆਬੂ ਤਾਬੂ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਗਏ 100 ਪੰਜਾਬੀ ਉੱਥੇ ਫਸ ਗਏ ਨੇ ਕਿਉਂਕਿ ਉਹਨਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਪਰ ਪਾਸਪੋਰਟ ਵਾਪਸ ਨਹੀਂ ਦਿੱਤੇ ਜਾ ਰਹੇ। ਸਮਾਜ ਸੇਵੀ ਦਿਲਬਾਖ ਸਿੰਘ ਨੇ ਇਸ ਮਾਮਲੇ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਪਿੰਡ ਬੈਨਾਪੁਰ ਦੇ ਬਸਨੀਕ ਦਲਬਾਗ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਲਿਖੇ ਪੱਤਰ ਚ ਕਿਹਾ ਗਿਆ ਹੈ ਕਿ ਸਕੁਏਅਰ ਜਰਨਲ ਕੰਟਰੈਕਟਿੰਗ ਕੰਪਨੀ ਅਬੂ ਧਾਬੀ ਨੇ ਇਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਪਰ ਪਾਸਪੋਰਟ ਵਾਪਸ ਨਹੀਂ ਕਰ ਰਹੀ ਜਿਸ ਕਾਰਨ ਨੌਜਵਾਨ ਵਾਪਸ ਨਹੀਂ ਆ ਸਕਦੇ ਵਿਦੇਸ਼ ਮੰਤਰੀ ਤੋਂ ਅਬੂ ਧਾਬੂ ਸਥਿਤ ਭਾਰਤੀ ਦੂਤਖਾਨ ਨੂੰ ਨਿਰਦੇਸ਼ ਦੇ ਕੇ ਇਹ ਮਾਮਲਾ ਅਮੇਰਤ ਦੇ ਅਧਿਕਾਰੀਆਂ ਕੋਲ ਉਠਾਉਣ ਦੀ ਬੇਨਤੀ ਕੀਤੀ ਗਈ ਹੈ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਕਰਮਚਾਰੀਆਂ ਨੇ ਭਾਰਤ ਪਰਤਣ ਲਈ ਆਨਲਾਈਨ ਅਪਲਾਈ ਕੀਤਾ ਹੈ ਪਰ ਪਾਸਪੋਰਟ ਨਾ ਹੋਣ ਕਾਰਨ ਉਹ ਆ ਨਹੀਂ ਸਕਦੇ ਉਹਨਾਂ ਦੇ ਮਾਤਾ ਪਿਤਾ ਹਵਾਈ ਟਿਕਟ ਦਾ ਭੁਗਤਾਨ ਕਰਨ ਲਈ ਤਿਆਰ ਨੇ ਪਰ ਕੰਪਨੀ ਪਾਸਪੋਰਟ ਵਾਪਸ ਨਹੀਂ ਕਰ ਰਹੀ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁੰਕ ਨੂੰ ਹੁਣ ਉੱਥੇ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਮੂਲ ਦਾ ਕੋਈ ਵਿਅਕਤੀ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਬਾਕ ਡੋਰ ਸੰਭਾਲੇਗਾ ਸੁਨਕਦੇਸ਼ ਸਫਲਤਾ ਤੇ ਭਾਰਤ ਸਮੇਤ ਦੁਨੀਆ ਪਰ ਦੇ ਨੇਤਾ ਅਦਾਕਾਰ ਅਤੇ ਉਦਯੋਗਪਤੀ ਵਧਾਈ ਦੇ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਨੇ ਕਿਹਾ ਕਿ ਭਾਰਤੀ ਮੌਲ ਦੇ ਰਿਸ਼ੀ ਸੁਨਕ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋ ਚੂਨ ਬਹੁਤ ਹੀ ਹੈਰਾਨੇਜਨਕ ਅਤੇ ਇੱਕ ਬੇਮਿਸਾਲ ਮੀਲ ਪੱਥਰ ਵਾਈਡਨ ਨੇ ਸੋਮਵਾਰ ਨੂੰ ਵਾਈਟ ਹਾਊਸ ਵਿੱਚ ਆਯੋਜਿਤ ਦੀਵਾਲੀ ਦੇ ਜਸ਼ਨ ਦੌਰਾਨ ਕਿਹਾ ਕਿ ਰੋਸ਼ਨੀ ਦੀ ਤਿਉਹਾਰ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਸਾਡੇ ਵਿੱਚੋਂ ਹਰ ਇੱਕ ਕੋਲ ਹਨੇਰੇ ਨੂੰ ਦੂਰ ਕਰਨ ਅਤੇ ਸੰਸਾਰ ਵਿੱਚ ਰੋਸ਼ਨੀ ਫੈਲਾਉਣ ਦੀ ਸ਼ਕਤੀ ਹੈ ਇਹ ਸਾਡੇ ਜੀਵਨ ਦੇਸ਼ ਦਾ ਸੱਚ ਹੈ ਔਰ ਖਾਸ ਕਰਕੇ ਲੋਕਤੰਤਰੀ ਦੇਸ਼ ਦੀ ਜ਼ਿੰਦਗੀ ਚਾਹੇ ਉਹ ਅਮਰੀਕਾ ਹੋਵੇ ਜਾਂ ਭਾਰਤ ਜਿੱਥੇ ਆਜ਼ਾਦੀ ਦੇ 75 ਸਾਲ ਮਨਾਏ ਜਾ ਰਹੇ ਨੇ ਜਾਂ ਯੂਕੇ ਜਿੱਥੇ ਸਾਨੂੰ ਅੱਜ ਖਬਰ ਮਿਲੀ ਹੈ ਕਿ ਸੁਨਕ ਪ੍ਰਧਾਨ ਮੰਤਰੀ ਬਣ ਗਏ ਨੇ ਸਮਾਰੋਹ ਦੌਰਾਨ ਜਦੋਂ ਬਾਈਡਨ ਨੇ ਇਹ ਕਿਹਾ ਤਾਂ ਤਾੜੀਆਂ ਦੀ ਗੜਗੜਾਹਟ ਹੋਈ। ਸਮਾਰੋਹ ਵਿੱਚ 200 ਤੋਂ ਵੱਧ ਮਹਿਮਾਨ ਸ਼ਾਮਲ ਹੋਏ ਜਿਨ੍ਹਾਂ ਵਿੱਚ ਭਾਰਤੀ ਅਮਰੀਕੀ ਅਤੇ ਬਾਈਡਨ ਪ੍ਰਸ਼ਾਸਨ ਦੇ ਕਈ ਮੈਂਬਰ ਸ਼ਾਮਲ ਸਨ। 200 ਪੂਰਾ ਭਾਰਤੀ ਭਾਈਚਾਰੇ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਸੁਨੁਕਤੋ ਪ੍ਰਧਾਨ ਮੰਤਰੀ ਬਣਨ ਦੀ ਉਮੀਦ ਕਰਦੀ ਹੈ। ਇਹ ਕਾਫੀ ਹੈਰਾਨੀਜਨਕ ਹੈ ਅਤੇ ਇੱਕ ਬੇਮਿਸਾਲ ਮੀਲ ਪੱਥਰ ਹੈ। ਇਹ ਬਹੁਤ ਮਾਇਨੇ ਰੱਖਦਾ ਹੈ। ਵਾਈਡਨ ਨੇ 2020 ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਚੁਣ ਕੇ ਇਤਿਹਾਸ ਰਚ ਦਿੱਤਾ ਸੀ ਹੈਰਿਸ ਹੁਣ ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਵਾਈਡਨ ਤੋਂ ਬਾਅਦ ਦੇਸ਼ ਦੇ ਦੂਜੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਨੇ ਇਸ ਅਹੁਦੇ ਦੇ ਲਈ ਚੁਣੇ ਜਾਣ ਵਾਲੀ ਪਹਿਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਨੇ ਵਾਈਡਨ ਨੇ ਦੀਵਾਲੀ ਨੂੰ ਅਮਰੀਕੀ ਸੱਭਿਆਚਾਰ ਦਾ ਹਿੱਸਾ ਬਣਾਉਣ ਲਈ ਭਾਰਤੀ ਅਮਰੀਕੀਆਂ ਦਾ ਧੰਨਵਾਦ ਵੀ ਕੀਤਾ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਉਹਨਾਂ ਦੀ ਪਤਨੀ ਜਿਲ ਵਾਈਡਨ ਨੇ ਸੋਮਵਾਰ ਨੂੰ ਵਾਈਟ ਹਾਊਸ ਵਿੱਚ ਦੀਵਾਲੀ ਦੇ ਜਸ਼ਨ ਦੀ ਮੇਜ਼ਬਾਨੀ ਕੀਤੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੋਂ ਜੋਰਜ ਬੁਸ਼ ਪ੍ਰਸ਼ਾਸਨ ਨੇ ਵਾਈਟ ਹਾਊਸ ਵਿੱਚ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਹੈ ਉਦੋਂ ਤੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਸ਼ਨ ਹੈ ਈਸਟ ਰੂਮ ਵਿੱਚ ਆਯੋਜਿਤ ਸਮਾਰੋਹ 200 ਤੋਂ ਵੱਧ ਉੱਗੇ ਭਾਰਤੀ ਅਮਰੀਕੀਆਂ ਨੇ ਸ਼ਿਰਕਤ ਕੀਤੀ ਈਸਟ ਰੂਮ ਭਾਰਤ ਅਮਰੀਕਾ ਸਬੰਧਾਂ ਨਾਲ ਸੰਬੰਧਿਤ ਵੱਖ-ਵੱਖ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਜਿਸ ਵਿੱਚ 2008 ਵਿੱਚ ਪਰमाणु ਸਮਝੌਤੇ ਤੇ ਦਸਤਖਤ ਅਤੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ Ôਬਾਮਾ ਅਤੇ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰੈਸ ਕਾਨਫਰੰਸ ਸ਼ਾਮਲ ਹੈ। ਦੀਵਾਲੀ ਦੇ ਜਸ਼ਨਾਂ ਵਿੱਚ ਕੁਝ ਮਨਮੋਹਕ ਸੱਭਿਆਚਾਰ ਪ੍ਰੋਗਰਾਮ ਦੇਖਣ ਨੂੰ ਮਿਲੇ ਜਿਨ੍ਹਾਂ ਵਿੱਚ ਸਤਾਰ ਵਾਦਕ ਰਿਸ਼ਭ ਸ਼ਰਮਾ ਅਤੇ ਡਾਂਸ ਦੀਸਾ ਡਾਂਸ ਕੰਪਨੀ ਦੀ ਪੇਸ਼ਕਾਰੀ ਵੀ ਇੱਥੇ ਸ਼ਾਮਲ ਸੀ ਸਾੜੀਆਂ ਲਹਿੰਗਾ ਤੇ ਸ਼ੇਰਵਾਨੀਆਂ ਵਰਗੇ ਰਵਾਇਤੀ ਭਾਰਤੀ ਪਹਿਰਾਵੇ ਵਿੱਚ ਸਜੇ ਮਹਿਮਾਨਾਂ ਨੇ ਭਾਰਤੀ ਭਗਵਾਨਾਂ ਦਾ ਆਨੰਦ ਮਾਣਿਆ ਅਮਰੀਕੀ ਰਾਸ਼ਟਰਪਤੀ ਨੇ ਦੀਵਾਲੀ ਮਨਾਉਣ ਦੇ ਲਈ ਸਮਾਗਮ ਦੌਰਾਨ ਦੋ ਬੱਚਿਆਂ ਨੂੰ ਸਟੇਜ ਤੇ ਬੁਲਾਇਆ ਯੂ ਐਸ ਇੰਡੀਆ ਬਿਜ਼ਨਸ ਕਾਉਂਸਲ ਦੇ ਪ੍ਰਧਾਨ ਅਤਲ ਕੇਸ਼ਵ ਨੇ ਸਮਾਰੋਹ ਦੌਰਾਨ ਪੀਟੀਆਈ ਨੂੰ ਦੱਸਿਆ ਕਿ ਇਹ ਇਸ ਕਲ ਦਾ ਜਸ਼ਨ ਹੈ ਕਿ ਭਾਰਤੀ ਅਮਰੀਕੀ ਪਾਈਚਾਰੇ ਨੇ ਅਮਰੀਕਾ ਵਿੱਚ ਕੀ ਹਾਸਲ ਕੀਤਾ ਹੈ। ਦੀਵਾਲੀ ਤੇ ਸਾਡੀ ਮੇਜ਼ਬਾਨੀ ਕਰਨ ਲਈ ਅਸੀਂ ਰਾਸ਼ਟਰਪਤੀ ਅਤੇ ਵਾਈਟ ਹਾਊਸ ਦੇ ਧੰਨਵਾਦੀ ਹਾਂ। ਮੈਂ ਇੱਕ ਭਾਰਤੀ ਅਮਰੀਕਾ ਦੇ ਤੌਰ ਤੇ ਇੱਥੇ ਆ ਕੇ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਿਹਾ। ਅਮਰੀਕਾ ਦੇ ਸਭ ਤੋਂ ਵੱਡੇ ਦੱਖਣੀ ਏਸ਼ੀਆਈ ਟੈਲੀਵਿਜ਼ਨ ਚੈਨਲ ਟੀਵੀ ਏਸ਼ੀਆ ਦੇ ਚੇਅਰਮੈਨ ਅਤੇ ਸੀਈਓ ਐਚ ਆਰ ਸ਼ਾਹ ਨੇ ਕਿਹਾ ਕਿ ਦੀਵਾਲੀ ਮਨਾਉਣ ਲਈ ਇੱਥੇ ਆਉਣਾ ਇੱਕ ਸਨਮਾਨ ਅਤੇ ਖੁਸ਼ਕਿਸਮਤ ਦੀ ਗੱਲ ਹੈ ਭਾਰਤੀ ਅਮਰੀਕੀ ਇਸ ਦੇ ਲਈ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਦੇ ਧੰਨਵਾਦੀ ਨੇ ਇਸ ਤੋਂ ਪਹਿਲਾਂ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਬਾਈਡਨ ਨੇ ਕਿਹਾ ਕਿ ਇੰਨੇ ਵੱਡੇ ਪੱਧਰ ਤੇ ਵਾਈਟ ਹਾਊਸ ਦਾ ਇਹ ਪਹਿਲਾ ਦੀਵਾਲੀ ਦਾ ਜਸ਼ਨ ਹੈ ਉਹਨਾਂ ਨੇ ਕਿਹਾ ਕਿ ਦੱਖਣੀ ਏਸ਼ੀਆਈ ਭਾਈਚਾਰੇ ਨੇ ਦੇਸ਼ ਨੂੰ ਮਹਾਮਾਰੀ ਤੋਂ ਬਾਹਰ ਆਉਣ ਵਿੱਚ ਮਦਦ ਕੀਤੀ ਹੈ ਇਸ ਦੇ ਨਾਲ ਇੱਕ ਅਰਥਵਿਵਸਥਾ ਬਣਾਈ ਗਈ ਹੈ ਜਿਸ ਵਿੱਚ ਸਭ ਦੇ ਲਈ ਕੰਮ ਕੀਤਾ ਜਾਂਦਾ ਹੈ ਇਸ ਦੌਰਾਨ ਅਮਰੀਕਾ ਵਿੱਚ ਕਈ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਨੇ ਦੀਵਾਲੀ ਮਨਾਈ ਸਮਾਜ ਦੇ ਯੋਗਦਾਨ ਅਤੇ ਆਧੁਨਿਕ ਸੰਸਾਰ ਵਿੱਚ ਰੌਸ਼ਨੀ ਦੇ ਤਿਉਹਾਰ ਦੀ ਸਾਰਥਕ ਤਾਰੀ ਝਲਕ ਪੇਸ਼ ਕੀਤੀ ਗਈ ਦੀਵਾਲੀ ਦਾ ਤਿਹਾਰ ਬੁਰਾਈ ਤੇ ਚੰਗਿਆਈ ਹਨੇਰੇ ਤੇ ਚਾਨਣ ਅਤੇ ਅਗਿਆਨਤਾ ਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ ਅਮਰੀਕਾ ਦੇ ਇੱਕ ਹਸਪਤਾਲ ਅਤੇ ਸਕੂਲ ਵਿੱਚ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਘੱਟੋ-ਘੱਟ 4 ਜਾਣਿਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਪਹਿਲੀ ਵਾਰਦਾਤ ਟੈਕਸਾਸ ਦੇ ਡੈਲਸ ਸ਼ਹਿਰ ਦੇ ਹਸਪਤਾਲ ਵਿੱਚ ਵਾਪਰੀ ਜਿੱਥੇ ਅਪਰਾਧ ਰਿਕਾਰਡ ਵਾਲਾ ਇੱਕ ਸ਼ਖਸ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਬਹਾਨੇ ਹਸਪਤਾਲ ਵਿੱਚ ਦਾਖਲ ਹੋਇਆ ਅਤੇ ਗੋਲੀਆਂ ਚਲਾ ਦਿੱਤੀਆਂ। ਦੂਜੀ ਵਾਰਦਾਤ ਮਜ਼ੂਰੀ ਸੂਬੇ ਦੇ ਸੇਂਟ ਲੂਈ ਦੇ ਹਾਈ ਸਕੂਲ ਵਿੱਚ ਵਾਪਰੀ ਹੈ ਜਿੱਥੇ 19 ਸਾਲਾ ਦੇ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ। ਚੀਨ ਲਈ ਕੰਮ ਕਰਨ ਵਾਲੇ ਸਾਬਕਾ ਅਮਰੀਕੀ ਲੜਾਕੂ ਪਾਇਲਟ ਨੂੰ ਆਸਟ੍ਰੇਲੀਆ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਹ ਅਮਰੀਕੀ ਪਾਇਲਟ ਚੀਨੀ ਹਵਾਈ ਸੈਨਾ ਦੇ ਪਾਇਲਟਾਂ ਨੂੰ ਫਲਾਈਟ ਇਨਸਟ੍ਰਕਟਰ ਵਜੋਂ ਸਿਖਲਾਈ ਦਿੰਦਾ ਸੀ ਆਸਟ੍ਰੇਲੀਆ ਨੇ ਦੱਸਿਆ ਕਿ ਇਸ ਸਾਬਕਾ ਪਾਇਲਟ ਨੂੰ ਅਮਰੀਕਾ ਦੀ ਬੇਨਤੀ ਤੇ ਗ੍ਰਿਫਤਾਰ ਕੀਤਾ ਗਿਆ ਹੁਣ ਇਸ ਨੂੰ ਅਮਰੀਕਾ ਦੇ ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਆਸਟ੍ਰੇਲੀਅਨ ਪੁਲਿਸ ਮੁਤਾਬਕ ਡੈਨੀਅਲ ਐਡਮੰਡ ਡੂਗਨ ਨਾਮ ਦੇ ਇਸ ਪਾਇਲਟ ਨੂੰ ਸ਼ੁੱਕਰਵਾਰ ਨੂੰ ਨਿਊ ਸਾਊਥ ਵੇਲਜ਼ ਦੇ ਔਰੇਂਜ ਤੋਂ ਗ੍ਰਿਫਤਾਰ ਕੀਤਾ ਗਿਆ ਐਡਮੰਡ ਨੂੰ ਗ੍ਰਿਫਤਾਰ ਕਰਨ ਤੋਂ ਤੁਰੰਤ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੱਜ ਨੇ ਡੈਨੀਅਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਆਸਟ੍ਰੇਲੀਆਈ ਪੁਲਿਸ ਹੁਣ ਰਸਮੀ ਹਵਾਲਗੀ ਦੀ ਕਾਰਵਾਈ ਪੂਰੀ ਕਰ ਰਹੀ ਹੈ ਫੈਡਰਲ ਅਟਾਰਨੀ ਜਨਰਲ ਵਿਭਾਗ ਨੇ ਕਿਹਾ ਕੀਮ੍ਰੀਕੀ ਜਾਂਚ ਏਜੰਸੀ FBI ਨੇ ਪਾਇਲਟ ਦੀ ਗ੍ਰਿਫਤਾਰੀ ਦੀ ਬੇਨਤੀ ਕੀਤੀ ਸੀ ਜਦੋਂ ਬ੍ਰਿਟੇਨ ਨੇ ਚੀਨ ਵਿੱਚ ਕੰਮ ਕਰ ਰਹੇ ਦਰਜਨਾ ਸਾਫਕਾ ਫੌਜੀ ਪਾਇਲਟਾਂ ਦਾ ਪਰਦਾਫਾਸ਼ ਕੀਤਾ ਬ੍ਰਿਟੇਨ ਨੇ ਕਿਹਾ ਸੀ ਕਿ ਜੇਕਰ ਇਹ ਲੋਕ ਚੀਨ ਲਈ ਕੰਮ ਕਰਨਾ ਬੰਦ ਨਹੀਂ ਕਰਦੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਆਸਟ੍ਰੇਲੀਆ ਵੀ ਉਹਨਾਂ ਰਿਪੋਰਟਾਂ ਦੀ ਜਾਂਚ ਕਰ ਰਿਹਾ ਕਿ ਕੁਝ ਸਾਫਕਾ ਲੜਾਕੂ ਪਾਇਲਟਾਂ ਨੂੰ ਚੀਨ ਵਿੱਚ ਕੰਮ ਕਰਨ ਦੇ ਲਈ ਸੰਪਰਕ ਕੀਤਾ ਗਿਆ ਸੀ FBI ਲੰਬੇ ਸਮੇਂ ਤੋਂ ਡੂਗਨ ਦੀ ਤਲਾਸ਼ ਕਰ ਰਹੀ ਸੀ ਜਦੋਂ ਪਾਇਲਟ ਦੇ ਆਸਟ੍ਰੇਲੀਆ ਵਿੱਚ ਮੌਜੂਦ ਹੋਣ ਦਾ ਪਤਾ ਲੱਗਾ ਤਾਂ ਤੁਰੰਤ ਗ੍ਰਿਫਤਾਰੀ ਦੀ ਬੇਨਤੀ ਕੀਤੀ ਗਈ। ਅਮਰੀਕਾ ਤੇ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕਿੰਗ ਦਾ ਕੰਮ ਕਰਦੇ ਨੇ। ਇਹਨਾਂ ਨਾਲ ਹਾਦਸੇ ਦੀਆਂ ਘਟਨਾਵਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਹੁਣ ਕੈਲੀਫੋਰਨੀਆ ਤੋਂ ਖਬਰ ਸਾਹਮਣੇ ਆਈ ਸੀ ਜਿੱਥੋਂ ਦੇ ਵਾਸੀ ਦੋ ਪੰਜਾਬੀ ਟਰੱਕ ਡਰਾਈਵਰਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਨ੍ਹਾਂ ਦੀ شناخت ਸਵਿੰਦਰਜੀਤ ਸਿੰਘ ਅਤੇ ਕਿਰਪਾਲ ਸਿੰਘ ਵਜੋਂ ਹੋਈ ਹੈ। ਅਮਰੀਕਾ ਦੇ ਮਿਸੂਰੀਜ਼ ਤੂਬੇ ਦੇ ਸੈਂਟ ਲੂਇਸ ਵਿੱਚ ਇੱਕ ਹਾਈ ਸਕੂਲ 'ਚ ਗੋਲੀਬਾਰੀ ਦੌਰਾਨ ਸ਼ੱਕੀ ਸਮੇਤ ਕਟੋਂਕਟ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋਏ ਨੇ ਰਿਪੋਰਟ ਦੇ ਮੁਤਾਬਕ ਬੰਦੂਕਧਾਰੀ ਸੋਮਵਾਰ ਸਵੇਰੇ 9 ਵਜੇ ਤੋਂ ਬਾਅਦ ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ ਵਿੱਚ ਦਾਖਲ ਹੋਇਆ ਫਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸਕੂਲ ਭਵੰ ਦੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਸ਼ੱਕੀ ਬੰਦੂਕਧਾਰੀ ਨੇ ਕਿਵੇਂ ਸਕੂਲ ਵਿੱਚ ਐਂਟਰੀ ਕੀਤੀ ਪੁਲਿਸ ਨੇ ਬੰਦੂਕਧਾਰੀ ਨੂੰ ਕੁਝ ਹੀ ਦੇਰ ਵਿੱਚ ਠਹਿਰ ਕਰ ਦਿੱਤਾ ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਨੇ ਵਿਦੇਸ਼ ਸੇਵਾਦੀ ਸੀਨੀਅਰ ਅਧਿਕਾਰੀ ਐਲੀਜ਼ਾਬੈਥ ਜੌਨਸ ਨੂੰ ਨਵੀਂ ਦਿੱਲੀ ਵਿਖਲੇ ਅਮਰੀਕੀ ਦੂਤਵਾਲ ਵਿੱਚ ਅੰਤਰਿਮ ਇੰਚਾਰਜ ਨਿਯੁਕਤ ਕੀਤਾ ਹੈ ਤਾਂ ਕਿ ਦੁਨੀਆ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਦਵੱਲੀ ਭਾਈ ਵਾਲੀ ਨੂੰ ਅੱਗੇ ਵਧਾਇਆ ਜਾ ਸਕੇ ਵਿਦੇਸ਼ ਮੰਤਰਾਲਾ ਨੇ ਸੋਮਵਾਰ ਇੱਕ ਐਲਾਨ ਵਿੱਚ ਕਿਹਾ ਕਿ ਹਾਲ ਚਫਕਾਨਾ ਦੇ ਪੁਨਰਵਾਸ ਲਈ ਕੋਆਰਡੀਨੇਟਰ ਰਹੀ 74 ਸਾਲਾ ਜਾਨਸ ਜਲਦੀ ਨਵੀਂ ਦਿੱਲੀ ਲਈ ਰਵਾਨਾ ਹੋਏਗੀ ਵਰਤਮਾਨ ਵਿੱਚ ਪੈਟ੍ਰੀਸ਼ੀਆ ਏਲਸੀਨਾ ਨਵੀਂ ਦਿੱਲੀ ਵਿੱਚ ਅਮਰੀਕੀ ਦੂਤ ਵਾਸ ਵਿੱਚ ਮੁਖ ਰਾਜਦੂਤ ਨੇ ਉਹਨਾਂ 9 ਸਤੰਬਰ 2021 ਨੂੰ ਅਹੁਦਾ ਸੰਭਾਲਿਆ ਸੀ ਕੈਨੇਡਾ ਦੇ 온ਟਾਰੀਓ ਸੂਬੇ ਵਿੱਚ ਵਿਦੇਸ਼ੀ ਨਾਗਰਿਕਾਂ ਲਈ ਘਰ ਖਰੀਦਣਾ ਮੁਸ਼ਕਿਲ ਹੋ ਗਿਆ ਜਦੋਂ ਸੂਬਾ ਸਰਕਾਰ ਨੇ ਵਿਦੇਸ਼ੀਆਂ ਉੱਪਰ ਲੱਗਣ ਵਾਲੇ ਟੈਕਸ 20% ਤੋਂ ਵਧਾ ਕੇ 25% ਕਰ ਦਿੱਤਾ ਪੀਸੀ ਪਾਰਟੀ ਦੀ ਸਰਕਾਰ ਨੇ ਇਸੇ ਤਾਲ ਮਾਰਚ ਦੌਰਾਨ ਹੋਮ ਫਾਈਬਰ ਟੈਕਸ 15% ਤੋਂ ਵਧਾ ਕੇ 20% ਕੀਤਾ ਸੀ ਕੈਨੇਡਾ ਦੇ ਰਾਜ ਤੰਦੇ ਵਿੱਚ ਧਰਨਾ ਲਾ ਕੇ ਬੈਠੇ ਟਰੱਕ ਡਰਾਈਵਰਾਂ ਨੂੰ ਖਦੇੜਨ ਦੇ ਲਈ ਐਮਰਜੈਂਸੀ ਲਾਉਣ ਦੇ ਮਸਲੇ ਤੇ ਚੱਲ ਰਹੀ ਉੱਚ ਪੱਧਰੀ ਪੜਤਾਲ ਦੌਰਾਨ অন্ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੂੰ ਵੀ ਤਲਬ ਕੀਤਾ ਗਿਆ। ਉਦੋਂ ਡੱਗਫੋਰਡ ਵੱਲੋਂ ਜਾਂਚ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਬਚਣ ਦੇ ਲਈ ਕਾਨੂੰਨੀ ਚਾਰਾ ਜੋਈ ਆਰੰਭੀ ਗਈ ਹੈ। ਕੈਨੇਡਾ ਚ BC ਮਗਰੋਂ অন্ਟਾਰੀਓ ਦੀਆਂ ਮਿਊਨਿਸਪਲ ਚੋਣਾਂ ਵਿੱਚ ਵੀ ਕਈ ਪੰਜਾਬੀਆਂ ਨੇ ਕੌਂਸਲਰ ਦੀ ਚੋਣ ਜਿੱਤ ਲਈ ਹੈ ਪਰ ਇਸ ਸੂਬੇ ਨੂੰ ਕੋਈ ਵੀ ਪੰਜਾਬੀ ਮੇਅਰ ਨਹੀਂ ਮਿਲ ਸਕਿਆ। ਜ਼ਿਆਦਾਤਰ ਮੌਜੂਦਾ ਮੇਅਰਾਂ ਨੂੰ ਹੀ ਜਿੱਤ ਦਾ ਫਤਵਾ ਮਿਲਿਆ ਇਸ ਦੇ ਚਲਦਿਆਂ ਕੈਨੇਡਾ ਦੇ ਮਿੰਨੀ ਪੰਜਾਬੀ ਮੰਨੇ ਜਾਂਦੇ ਬ੍ਰੈਂਪਟਨ ਦੇ ਦੂਜੀ ਵਾਰ ਫਿਰ ਪੈਟ੍ਰਿਕ ਬ੍ਰਾਊਨ ਮੇਅਰ ਚੁਣੇ ਗਏ ਉਹਨਾਂ ਨੂੰ 50652 ਵੋਟਾਂ ਮਿਲੀਆਂ ਉਧਰ ਜੌਨ ਟੌਰੀ ਟੋਰਾਂਟੋ ਅਤੇ ਬੌਨੀ ਕਰੋੰਬੀ ਮਿਸਿਸ ਆਗਾ ਦੀ ਤੀਜੀ ਵਾਰ ਮੇਅਰ ਬਣ ਗਈ ਬ੍ਰੈਂਪਟਨ ਦੇ ਮੇਅਰ ਦੀ ਦੌੜ ਵਿੱਚ ਸ਼ਾਮਲ ਚਾਰ ਪੰਜਾਬੀਆਂ ਵਿੱਚੋਂ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ ਨਿੱਕੀ ਕੌਰ ਬੌਬ ਸਿੰਘ ਵਿਦਿਆਸਾਗਰ ਗੋਤਮ ਤੇ ਪ੍ਰਭਕੌਰ ਮੰਡ ਚੋਣ ਹਾਰ ਕੇ ਕੌਂਸਲਰਾਂ ਦੀਆਂ ਚੋਣਾਂ ਵਿੱਚ ਪੰਜਾਬੀਆਂ ਨੂੰ ਚੰਗਾ ਹੁੰਗਾਰਾ ਵੀ ਮਿਲਿਆ ਇਸ ਦੇ ਚੱਲਦਿਆਂ ਬ੍ਰੈਂਪਟਨ ਵਿੱਚ ਤਿੰਨ ਪੰਜਾਬੀ ਕੌਂਸਲਰ ਚੁਣੇ ਗਏ ਜਿਨ੍ਹਾਂ ਵਿੱਚ ਨਵਜੀਤ ਕੌਰ ਬਰਾੜ ਗੁਰਪ੍ਰਤਾਪ ਸਿੰਘ ਤੂਰ ਤੇ ਹਰਕੀਰਤ ਸਿੰਘ ਦਾ ਨਾਮ ਸ਼ਾਮਲ ਹੈ ਇਸ ਤੋਂ ਇਲਾਵਾ ਹੋਰਾਂ ਸ਼ਹਿਰਾਂ ਵਿੱਚ ਵੀ ਕੌਂਸਲਰ ਦੀ ਚੋਣ ਲੜ ਰਹੇ ਪੰਜਾਬੀਆਂ ਨੂੰ ਚੰਗਾ ਹੁੰਗਾਰਾ ਮਿਲਿਆ ਪ੍ਰੈਸ ਬ੍ਰੀਫਿੰਗ ਦੌਰਾਨ ਵਾਈਟ ਹਾਊਸ ਕੋਵਿਡ-19 ਰਿਸਪੌਂਸ ਕੋਆਰਡੀਨੇਟਰ ਡਾਕਟਰ ਆਸ਼ੀਸ਼ ਚਾਹਨੇ ਕਿਹਾ ਕਿ ਭਾਰਤ ਆਪਣੀ ਨਿਰਮਾਣ ਸਮਰੱਥਾ ਦੇ ਕਾਰਨ ਟੀਕਿਆਂ ਦਾ ਇੱਕ ਵੱਡਾ ਨਿਰਯਾਤਕ ਰਿਹਾ। ਉਹਨਾਂ ਨੇ ਕਿਹਾ ਕਿ ਭਾਰਤ ਵਿਸ਼ਵ ਟੀਕਿਆਂ ਦਾ ਇੱਕ ਮਹੱਤਵਪੂਰਨ ਨਿਰਮਾਤਾ ਹੈ। ਭਾਰਤ ਨੇ ਪਿਛਲੇ 31 ਦਸੰਬਰ ਤੱਕ ਦੁਨੀਆ ਦੇ 97 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਮਹਈਆ ਕਰਵਾਈਆਂ। ਉਨ੍ਹਾਂ ਨੇ ਪਿਛਲੇ ਸਾਲ 16 ਜਨਵਰੀ 2021 ਨੂੰ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮਹਿੰਮ ਸ਼ੁਰੂ ਕੀਤੀ ਸੀ ਇਸ ਦਿਨ ਤੋਂ ਭਾਰਤ ਨੇ ਵੈਕਸੀਨ ਫਰੈਂਡਸ਼ਿਪ ਪ੍ਰੋਗਰਾਮ ਦੇ ਤਹਿਤ ਦੂਜੇ ਦੇਸ਼ਾਂ ਨੂੰ ਵੀ ਵੈਕਸੀਨ ਦੀ ਬਰਾਮਦਗੀ ਕਰਾਣੀ ਸ਼ੁਰੂ ਕਰ ਦਿੱਤੀ ਸੀ ਭਾਰਤ ਨੇ ਵੈਕਸੀਨ ਫਰੈਂਡਸ਼ਿਪ ਪ੍ਰੋਗਰਾਮ ਤਹਿਤ ਆਪਣੇ ਗੁਆਂਢੀ ਦੇਸ਼ ਦੇ ਨਾਲ-ਨਾਲ ਕਈ ਹੋਰ ਗਰੀਬ ਦੇਸ਼ਾਂ ਨੂੰ ਗ੍ਰਾਂਟ ਦੇ ਤੌਰ ਤੇ ਟੀਕਾ ਭੇਜਿਆ ਹੈ ਇਸ ਤੋਂ ਇਲਾਵਾ ਇਸ ਨੇ ਕਈ ਦੇਸ਼ਾਂ ਨੂੰ ਵੈਕਸੀਨ ਵੀ ਵੇਚੀ ਹੈ ਐਨਾ ਹੀ ਨਹੀਂ ਭਾਰਤ ਨੇ ਵਿਸ਼ਵ ਸਿਹਤ ਸੰਗਠਨ ਜਾਣੀ ਕਿ WHO ਦੇ ਕੋਵੈਕਸ ਪ੍ਰੋਗਰਾਮ ਦੇ ਲਈ ਵੀ ਵੈਕਸੀਨ ਭੇਜਿਆ ਕਰਵਾਈ ਹੈ ਭਾਰਤ ਨੇ ਜਿਨ੍ਹਾਂ ਦੇਸ਼ਾਂ ਨੂੰ ਵੈਕਸੀਨ ਮਹਈਆ ਕਰਵਾਈ ਹੈ ਉਹਨਾਂ ਵਿੱਚ ਮੁੱਖ ਤੌਰ ਤੇ ਬ੍ਰਿਟੇਨ, ਕੈਨੇਡਾ, ਬੰਗਲਾਦੇਸ਼, ਮਾਇਨਮਾਰ, ਨੇਪਾਲ, ਇੰਡੋਨੇਸ਼ੀਆ, ਅਫਗਾਨਿਸਤਾਨ, ਸ਼੍ਰੀਲੰਕਾ, ਭੂਟਾਨ, ਮਾਲਦੀਵ, ਮੈਕਸੀਕੋ ਸ਼ਾਮਲ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਦਾ ਸਵਾਗਤ ਕਰਦਿਆਂ ਕਿਹਾ ਕੈਨੇਡਾ ਸਰਕਾਰ ਦੀ ਤਰਫੋਂ ਮੈਂ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੂੰ ਵਧਾਈ ਦਿੰਦਾ। ਬ੍ਰਿਟੇਨ ਦੇ ਨਾਲ ਕੈਨੇਡਾ ਦੀ ਭਾਈਵਾਲੀ ਦੁਨੀਆ ਦੇ ਕਿਸੇ ਵੀ ਦੋ ਦੇਸ਼ਾਂ ਵਿਚਕਾਰ ਸਭ ਤੋਂ ਮਜ਼ਬੂਤ ਸਬੰਧਾਂ ਵਿੱਚੋਂ ਇੱਕ ਹੈ ਨੂੰ ਸਾਡੇ ਅਮੀਰ ਸਾਂਝੇ ਇਤਿਹਾਸ ਸਾਡੀ ਨੇੜਲੀ ਦੋਸਤੀ ਅਤੇ ਮਨੁੱਖੀ ਅਧਿਕਾਰਾਂ ਜ਼ਮੂਰੀਅਤ ਅਤੇ ਨਿਯਮਾ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਲਈ ਅਟੁੱਟ ਵਚਨਬੱਧਤਾ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ ਇਸ ਵਿੱਚ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਵਿੱਤੀ ਸੰਸਥਾਾਂ ਅਤੇ ਹੋਰ ਬਹੁਪੱਖੀ ਸੰਸਥਾਾਂ ਨਾਲ ਹੀ ਸਾਡੀ ਨਜ਼ਦੀਕੀ ਪਾਈ ਵਾਲੀ ਸ਼ਾਮਲ ਹੈ ਅਸੀਂ ਰਾਸ਼ਟਰ ਮੰਡਲ ਉੱਤਰੀ ਅਟਲਾਂਟਿਕਾ ਸੰਧੀ ਸੰਗਠਨ ਜੀ7 ਅਤੇ ਜੀ20 ਦੇ ਮੈਂਬਰ ਹੋਣ ਵਾਲੇ ਸਿਰਫ ਦੋ ਦੇਸ਼ਾਂ ਮੈਂ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਸੋਨਕ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ ਅੱਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਨੇ ਕਿ ਕਿਉਂਕਿ ਅਸੀਂ ਰੂਸ ਦੇ ਯੂਕਰੇਨ ਤੇ ਗੈਰ ਕਾਨੂੰਨੀ ਅਤੇ ਨਜਾਇਜ਼ ਹਮਲੇ ਆਰਥਿਕ ਅਨਿਸ਼ਚਿਤਤਾ ਅਤੇ ਜਲਵਾਯੂ ਪਰਿਵਰਤਨ ਸਮੇਤ ਚੱਲ ਰਹੀਆਂ ਵਿਸ਼ਵ ਚਿੰਤਾਵਾਂ ਨੂੰ ਹੱਲ ਕਰਨਾ ਜਾਰੀ ਰੱਖਦੇ ਹਾਂ ਮੈਂ ਸਾਡੇ ਮਹੱਤਮਪੂਰਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਸੁਨਕ ਨਾਲ ਸਹਿਯੋਗ ਕਰਨ ਦੀ ਵੀ ਉਮੀਦ ਕਰਦਾ ਕਿਉਂਕਿ ਅਸੀਂ ਇੱਕ ਵਿਆਪਕ ਅਭਿਲਾਸ਼ੀ ਅਤੇ ਸਮਲਤ ਕੈਨੇਡਾ ਯੂਨਾਈਟਿਡ ਕਿੰਗਡਮ ਮੁਕਤ ਵਪਾਰ ਸਮਝੌਤੇ ਦੇ ਨਾਲ-ਨਾਲ ਯੂਕੇ ਦੇ ਟ੍ਰਾਂਸਫਰ ਦੇ ਲਈ ਵਿਆਪਕ ਅਤੇ ਪ੍ਰਗਤੀਸ਼ੀਲ ਸਮਝੌਤੇ ਵਿੱਚ ਸ਼ਾਮਲ ਹੋਣ ਦੇ ਲਈ ਗੱਲਬਾਤ ਕਰਦੇ ਹਾਂ ਕੈਨੇਡਾ ਦੇ ਗਵਰਨਰ ਜਰਨਲ ਮੈਰੀ ਸਾਈਮਨ ਨੇ ਸੀਨੀਅਰ ਪੰਜਾਬਣ ਪੁਲਿਸ ਅਧਿਕਾਰੀ ਸੁਖਜੀਤ ਕੌਰ ਸੁਖੀ ਤੇਸੀ ਨੂੰ ਪੁਲਿਸ ਦੇ ਸਰਵੋੱਚ ਸਨਮਾਨ ਪੁਲਿਸ ਐਗਜ਼ੈਂਪਲਰੀ ਸਰਵਿਸਸ ਮੈਡਲ ਨਾਲ ਸਨਮਾਨਿਤ ਕੀਤਾ। ਕreportBody ਸੁਖਜੀਤ ਕੌਰ ਤੇਸੀ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਪੁਲਿਸ ਮੈਕਮੇ ਵਿੱਚ 30 ਸਾਲ ਕੀਤੀਆਂ ਸ਼ਾਨਦਾਰ ਸੇਵਾਵਾਂ ਵਾਦਲੇ ਦਿੱਤਾ ਗਿਆ। ਕੈਨੇਡਾ ਦੇ ਗਵਰਨਰ ਜਰਨਲ ਵਜੋ ਇਹ ਸਰਵੋੱਚ ਸਨਮਾਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 20 ਸਾਲ ਜਨਤਕ ਸੁਰੱਖਿਆ ਚ ਅਹਿਮ ਯੋਗਦਾਨ ਪਾਇਆ ਹੋਵੇ ਜ਼ਿਲ੍ਹਾ ਜਲੰਧਰ ਨਾਲ ਸੰਬੰਧਤ ਕਾਰਪੋਰਲ ਰੇਲ ਸੁਖਜੀਤ ਗੋਟੇਸੀ ਸਨ 1992 ਚ ਪੁਲਿਸ ਚ ਭਰਤੀ ਹੋਈ ਸੀ ਅਤੇ ਉਹ ਵੈਨਕੂਵਰ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਨੇ ਤੇ ਹੁਣ ਉਹ ਜਾਂਚ ਏਜੰਸੀ ਇੰਟ੍ਰਾਗ੍ਰੇਟਿਡ ਹੋਮ ਸਾਈਡ ਇਨਵੈਸਟੀਗੇਸ਼ਨ ਟੀਮ ਵਿੱਚ ਮੀਡੀਆ ਬੁਲਾਰਨ ਵਜੋਂ ਸੇਵਾਾਂ ਨਿਭਾ ਰਹੇ ਨੇ ਕੈਲੀਫੋਰਨੀਆ ਦੇ ਸੈਂਟ ਫਰਾਂਸਿਸਕੋ ਨੇੜੇ ਇੱਕ ਰਿਹਾਇਸ਼ੀ ਮਕਾਨ ਦੇ ਪਿਛਵਾੜੇ ਜ਼ਮੀਨ ਵਿੱਚ ਦੱਬੀ ਇੱਕ ਕਾਰ ਬਰਾਮਦ ਹੋਈ ਹੈ। ਕਾਰ ਵਿੱਚ ਕੋਈ ਬਰਾਮਦਗੀ ਨਹੀਂ ਹੋਈ। ਪੁਲਿਸ ਮੁਖੀ ਸਟੀਵਨ ਮੈਕੋਲੀ ਨੇ ਦੱਸਿਆ ਕਿ ਕਾਰ ਦੇ ਦੱਬੀ ਹੋਣ ਦਾ ਪਤਾ ਸੂਇਆ ਕੁੱਤਿਆਂ ਨੇ ਲਾਇਆ ਜਿਸ ਉਪਰੰਤ ਜ਼ਬੀਨ ਪੁੱਟੀ ਗਈ। ਇਹ ਮਾਮਲਾ ਐਥਰਟਨ ਸ਼ਹਿਰ ਦਾ ਹੈ ਜਿੱਥੇ ਮੌਜੂਦਾ ਮਕਾਨ ਮਾਲਕ ਘਰ ਦਾ ਕੰਮ ਕਰਵਾ ਰਿਹਾ ਉਹਨਾਂ ਨੇ ਕਿਹਾ ਕਿ ਸੂਈਆ ਕੁੱਤੇ ਨੇ ਜ਼ਮੀਨ 'ਚ ਮਨੁੱਖੀ ਲਾਸ਼ ਹੋਣ ਦਾ ਸੰਕੇਤ ਦਿੱਤਾ ਪਰੰਤੂ ਕਾਰ 'ਚ ਕੋਈ ਮਨੁੱਖੀ ਰਹਿਤ ਖੋਦ ਨਹੀਂ ਮਿਲੀ। ਇਹ ਥਟਨ ਦੇ ਮੇਅਰ ਰਿਕ ਅਨੁਸਾਰ ਕਾਰ ਜ਼ਮੀਨ ਵਿੱਚ 5 ਫੁੱਟ ਹੇਠਾਂ ਦੱਬੀ ਹੋਈ ਸੀ। ਉਹਨਾਂ ਨੇ ਕਿਹਾ ਕਿ ਬ੍ਰਾਮਡ ਮਰਸੀਡਿਸ ਬੈਂਜ਼ ਕਾਰ 1992 ਚਲਾਪਤਾ ਹੋਈ ਸੀ। ਮੇਅਰ ਦੇ ਅਨੁਸਾਰ ਪੁਲਿਸ ਨੇ ਕਾਰ ਦੇ ਸੰਭਾਵੀ ਮਾਲਕ ਦਾ ਪਤਾ ਲਗਾ ਲਿਆ। ਉਹਨਾਂ ਨੇ ਦੱਸਿਆ ਕਿ ਮਾਮਲਾ ਪੁਲਿਸ ਦੀ ਜਾਂਚ 'ਚ ਦਿੰਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੰਦੀ ਛੋੜ ਦਿਵਸ ਮੌਕੇ ਸਿੱਖ ਪਾਈਚਾਰਿਆਂ ਨੂੰ ਵਧਾਈ ਦਿੱਤੀ ਸੀ ਸੋਮਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਟਰੂਡੋ ਨੇ ਜੋ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਬੰਦੀ ਛੋੜ ਦਿਵਸ ਮਨਾਉਣ ਦੇ ਲਈ ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖ ਪਾਈਚਾਰਿਆਂ ਵਿੱਚ ਸ਼ਾਮਲ ਹੁੰਦੇ ਹਾਂ ਇਸ ਮੌਕੇ ਸਿੱਖ ਪਾਈਚਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੰਮਨੀ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੂੰ 1619 ਵਿੱਚ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ। ਤਰੂਡੋ ਨੇ ਕਿਹਾ ਕਿ ਜਦੋਂ ਜੇਲ੍ਹ ਤੋਂ ਆਜ਼ਾਦ ਹੋਣ ਦਾ ਮੌਕਾ ਦਿੱਤਾ ਗਿਆ ਤਾਂ ਗੁਰੂ ਸਾਹਿਬਾਨ ਨੇ ਆਪਣੇ ਨਾਲ ਕੈਦ ਕੀਤੇ 52 નિર્ਦੋਸ਼ ਰਾਜਿਆਂ ਤੋਂ ਬਿਨਾਂ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ। ਅੰਤ ਵਿੱਚ ਉਹ ਖੁਦ ਨੂੰ ਅਤੇ ਰਾਜਿਆਂ ਨੂੰ ਆਜ਼ਾਦ ਕਰਨ ਵਿੱਚ ਸਫਲ ਹੋ ਗਏ। ਅੱਜ ਪਰਿਵਾਰ ਅਤੇ ਦੋਸਤ ਆਸ-ਪਾਸ ਮਾਰਗਦਰਸ਼ਨ ਅਤੇ ਆਜ਼ਾਦੀ ਦੇ ਪ੍ਰਤੀਕ ਵਜੋਂ ਆਪਣੇ ਘਰਾਂ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਪ੍ਰਾਰਥਨਾ ਕਰਨ ਦਾਵਤ ਦੇਣ ਅਤੇ ਮੋਮਬਤੀਆਂ ਜਗਾਉਣ ਲਈ ਇਕੱਠੇ ਹੋਣਗੇ ਉਹਨਾਂ ਨੇ ਬੰਦੀ ਛੋੜ ਦਿਵਸ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਇੱਕ ਮੁੱਠ ਖੜੇ ਹੋਣ ਤੇ ਮਹੱਤਵ ਨੂੰ ਦਰਸਾਉਂਦੇ ਨੇ ਔਰ ਨਾਲ ਹੀ ਬੇਇਨਸਾਫੀ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਮਹੱਤਤਾ ਵੀ ਦੱਸਦੇ ਨੇ ਟਰੂਡੋ ਦੇ ਮੁਤਾਬਕ ਇਹ ਦਿਹਾੜਾ ਉਹਨਾਂ ਮਹੱਤਮਪੂਰਨ ਯੋਗਦਾਨਾਂ ਨੂੰ ਪਛਾਣਨ ਦਾ ਵੀ ਇੱਕ ਮੌਕਾ ਹੈ ਜੋ ਸਿੱਖ ਧਰਮ ਦੇ ਕੈਨੇਡੀਅਨਾਂ ਨੇ ਕੈਨੇਡਾ ਦੀ ਉਸਾਰੀ ਲਈ ਕੀਤੇ ਨੇ ਅਤੇ ਮਜ਼ਬੂਤ ਕੈਨੇਡਾ ਦੇ ਨਿਰਮਾਣ ਲਈ ਕੰਮ ਕਰ ਰਹੇ ਨੇ ਨਵਜੀਤ ਕੌਰ ਬਰਾੜ ਕੈਨੇਡਾ ਵਿੱਚ ਨਿਊ ਬ੍ਰੈਂਪਟਨ ਸਿਟੀ ਦੇ ਕੌਂਸਲਰ ਅਹੁਦੇ ਲਈ ਚੁਣੇ ਗਏ। ਪਹਿਲੇ ਦਸਤਾਰ ਧਾਰੀ ਸਿੱਖ ਔਰਤ ਬਣ ਗਏ ਨੇ ਜੋ ਬ੍ਰੈਂਪਟਨ ਸਿਟੀ ਦੇ ਵਾਰਡ ਨੰਬਰ 2 ਅਤੇ 6 ਲਈ ਚੁਣੇ ਗਏ ਨੇ। Brampton City Council ਵਿੱਚ 4 ਨਵੇਂ ਉਮੀਦਵਾਰਾਂ 'ਚੋਂ Navjeet Kaur Brard ਨੇ 28% ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਾਉਂਸਲ ਡਗ ਵਿਲਜ਼ ਦੀ ਥਾਂ ਲੈ ਲਈ ਹੈ। Brampton ਦੀ ਲਗਭਗ 40% ਆਬਾਦੀ ਦੱਖਣੀ ਏਸ਼ੀਆਈ ਹੈ। ਸੋਮਵਾਰ ਨੂੰ ਮਿਊਨਿਸਪਲ ਚੋਣਾਂ ਭਾਰਤੀਆਂ ਵੱਲੋਂ ਮਨਾਏ ਜਾਂਦੇ ਦੀਵਾਲੀ ਦੇ ਤਿਹਾਰ ਮੌਕੇ ਹੋਈਆਂ ਸਨ ਔਰ ਦੱਸਦੇ ਕਿ Ontario ਸੂਬੇ ਦੇ ਸ਼ਹਿਰ Brampton ਦੀਆਂ ਮਿਊਨਿਸਪਲ ਚੋਣਾਂ ਵਿੱਚ 40 ਦੇ ਕਰੀਬ ਉਮੀਦਵਾਰ ਪੰਜਾਬੀ ਮੈਦਾਨ ਵਿੱਚ ਸਨ। ਪਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦਾ ਜਸ਼ਨ ਮਨਾ ਰਹੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਪਾਈਚਾਰੇ ਦੇ ਲਈ ਵੱਡਾ ਦਿਨ ਹੈ ਸਿਲੀਕਾਨ ਵੈਲੀ ਸਥਿਤ ਯੋਗਪਤੀ ਅਤੇ ਇੰਡੀਆ ਸਪੋਰਾ ਦੇ ਸੰਸਥਾਪਕ ਐਮ ਆਰ ਰੰਗਾ ਸੁਆਮੀ ਨੇ ਕਿਹਾ ਕਿ ਪਾਈਚਾਰੇ ਲਈ ਦੀਵਾਲੀ ਦਾ ਇੱਕ ਵੱਡਾ ਤੂਫਾਨ ਰਿਸ਼ੀ ਪਹਿਲਾਂ ਹੀ ਇੰਡੋਸਪੋਰਾ ਦੇ ਨੇਤਾਵਾਂ ਦੀ ਸੂਚੀ 'ਚ ਸਨ ਅਤੇ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਅਸਤੀਓਨੋ ਯੂਕੇ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੇ ਵਧਾਈ ਦਿੰਦੇ ਆ ਉਧਰ ਭਾਰਤੀ ਮੋਲ ਦੇ ਰਿਸ਼ੀ ਸੁੰਕ ਨੇ ਪਹਿਲੀ ਵਾਰ ਹਿੰਦੂ ਪ੍ਰਧਾਨ ਮੰਤਰੀ ਵਜੋਂ ਬ੍ਰਿਟੇਨ ਦੀ ਸੱਤਾ ਸੰਭਾਲੀ ਹੈ ਜਿਵੇਂ ਉਹ 10 ਡਾਊਨਿੰਗ ਸਟਰੀਟ ਵਿੱਚ ਦਾਖਲ ਹੋਏ ਉਹਨਾਂ ਦੇ ਹੱਥ ਵਿੱਚ ਪਵਿੱਤਰ ਲਾਲ ਹਿੰਦੂ ਕਲਾਬ ਧਾਗਾ ਅਤੇ ਗਲੇ ਵਿੱਚ ਮੈਰੀ ਗੋਲਡਸ ਦੀ ਮਾਲਾ ਪਾਈ ਹੋਈ ਦਿਸੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਮੰਗਲਵਾਰ ਨੂੰ ਕੈਬਨਟ ਵਿੱਚ ਅਹਿਮ ਨਿਯੁਕਤੀਆਂ ਦੇ ਨਾਲ ਆਪਣੀ ਚੋਟੀ ਦੀ ਟੀਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੁਨਕ ਨੇ ਜ਼ਰੇਮੀ ਹੰਟ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਜਿਨ੍ਹਾਂ ਨੂੰ ਹਾਲ ਹੀ ਵਿੱਚ ਪਿਛਲੀ ਲਿਸਟਸ ਦੀ ਅਗਵਾਈ ਵਾਲੀ ਸਰਕਾਰ ਚ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਸੀ ਤਾਂ ਜੋ ਉਦੇਸ਼ ਵਿੱਚ ਆਰਥਿਕ ਸਥਿਰਤਾ ਬਣਾਈ ਰੱਖੀ ਜਾ ਸਕੇ ਨਾਲ ਹੀ ਭਾਰਤੀ ਮੂਲ ਦੀ ਸੋਇਲਾ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਸੋਇਲਾ ਉਸ ਸਮੇਂ ਦੀ ਲਿਸਟ ਸਰਕਾਰ ਚ ਗ੍ਰਹਿ ਮੰਤਰੀ ਵੀ ਸੀ ਉਹਨਾਂ ਨੇ ਲਿਸਟਸ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਕਾਜ ਤੋਂ ਨਿਰਾਸ਼ਗੀ ਜ਼ਾਹਿਰ ਕਰਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਦੇ ਨਾਲ ਹੀ ਤਨਖਾਹ ਪ੍ਰਤੀ ਵਫਾਦਾਰ ਨਾ ਹੋਣ ਦੇ ਬਾਵਜੂਦ ਜੇਮਸ ਵੀ ਆਪਣੇ ਅਹੁਦੇ ਤੇ ਬਣੇ ਰਹਿਣਗੇ ਸਾਬਕਾ ਪ੍ਰਧਾਨ ਮੰਤਰੀ ਲਿਸਟਰਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜੇਰੇਮੀ ਹੰਟ ਨੂੰ ਦੇਸ਼ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਸੀ ਹੰਟ ਨੇ ਟੌਰਸ ਵੱਲੋਂ ਟੈਕਸ ਕਟੌਤੀਆਂ ਨਾਲ ਸੰਬੰਧਤ ਮਿਨੀ ਬਜਟ ਨੂੰ ਵਾਪਸ ਲੈ ਲਿਆ ਸੀ ਉਸ ਤਨਖਾਹ ਦੇ ਸਹਿਯੋਗੀ ਰਹੇ ਨੇ ਅਤੇ ਅਜਿਹੀ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਅਹੁਦੇ ਤੇ ਬਣੇ ਰਹਿਣਗੇ ਵਿੱਤ ਮੰਤਰੀ ਬਣੇ ਰਹਿਣ ਤੋਂ ਬਾਅਦ ਜੇਰੇਮੀ ਹੰਟ ਨੇ ਟਵੀਟ ਕੀਤਾ ਇਹ ਮੁਸ਼ਕਿਲ ਹੋਣ ਜਾ ਰਿਹਾ ਪਰ ਕਮਜ਼ੋਰ ਵਰਗ ਦੇ ਲੋਕਾਂ ਤੋਂ ਇਲਾਵਾ ਲੋਕਾਂ ਦੀਆਂ ਨੌਕਰੀਆਂ ਵੀ ਰੱਖਿਆ ਕਰਨੀ ਸਾਡੀ ਤਰਜੀਹ ਹੋਏਗੀ ਕਿਉਂਕਿ ਅਸੀਂ ਅਸਥਿਰਤਾ ਆਤਮ ਵਿਸ਼ਵਾਸ ਅਤੇ ਲੰਬੇ ਸਮੇਂ ਤੋਂ ਵਿਕਾਸ ਨੂੰ ਬਹਾਲ ਕਰਨ ਦੇ ਲਈ ਕੰਮ ਕਰਾਂਗੇ ਦੀਵਾਲੀ ਵਾਲੀ ਰਾਤ ਡੇਢ ਦਰਜਨ ਦੇ ਕਰੀਬ ਥਾਮਾਂ ਤੇ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਅੱਗ ਲੱਗਣ ਦੀ ਸੂchna ਮਿਲਦੇ ਹੀ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਅੱਗ ਬੁਝਾਉਣ ਲਈ ਪਹੁੰਚੀਆਂ ਜਿਸ ਵਿੱਚ ਸੇਵਾ ਸੰਪਤੀ ਦੀਆਂ ਟੀਮਾਂ ਵੀ ਕੰਮ ਕਰ ਰਹੀਆਂ ਸਨ ਬੱਲਾ ਸਬਜ਼ੀ ਮੰਡੀ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਵੱਡੀ ਮਾਤਰਾ ਅਚਫਲ ਸਬਜ਼ੀਆਂ ਤੇ ਤਿੰਨ ਖੋਖੇ ਸਾੜ ਗਏ ਦਿਵਾਲੀ ਦੇ ਦੁਪਹਿਰ ਨੂੰ ਫੋਕਲ ਪੁਆਇੰਟ ਸਥਿਤ ਪੇਚਾਂ ਵਾਲੀ ਫੈਕਟਰੀ 'ਚ ਅੱਗ ਲੱਗ ਗਈ ਅੱਗ ਲੱਗਣ ਦੀ ਘਟਨਾ ਦੌਰਾਨ ਹਲਕਾ ਵਿਧਾਇਕ ਜੀਵਨ ਜੋਤ ਕੌਰ ਵੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਫੈਕਟਰੀ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ ਗਿਆ ਦਿਵਾਲੀ ਦੀ ਰਾਤ ਪੱਲਾ ਕਲੋਨੀ ਇਸਲਾਮਾਬਾਦ ਚੌਂਕ ਜੈ ਸਿੰਘ ਸੁਲਤਾਨ ਵਿੰਡ ਰੋਡ ਸ਼ਹੀਦ ਉਦਮ ਸਿੰਘ ਨਗਰ ਤਰਨਤਾਰਨ ਰੋਡ ਪੋਲ ਹੇਠਾਂ ਪਗਤਾਂ ਵਾਲਾ ਨੇੜੇ ਫਤਿਹ ਸਿੰਘ ਕਲੋਨੀ ਵਿੱਚ ਇੱਕ ਘਰ 'ਚ ਪੰਜ ਪੀਰ ਨਿਊ 골ਡਨ ਐਵੇਨਿਊ ਨੇੜੇ ਇੱਕ ਪਲਾਟ ਵਿੱਚ ਤੇ ਹੋਰ ਵੀ ਕਈ ਥਾਵਾਂ 'ਤੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਜਿਸ ਤੇ ਫਾਇਰ ਬਰਗੇਡ ਦੇ ਅਮਲੇ ਵੱਲੋਂ ਕਾਬੂ ਪਾਇਆ ਗਿਆ। ਦੁਨੀਆ ਦੇ ਸਭ ਤੋਂ ਗੰਦੇ ਵਿਅਕਤੀ ਅਤੇ 50 ਸਾਲ ਤੋਂ ਨਾ ਨਹਾਉਣ ਵਾਲੇ ইরਾਨੀ ਵਿਅਕਤੀ ਦੀ ਮੌਤ ਹੋ ਗਈ ਹੈ। ইরਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ 94 ਸਾਲਾ ਵਿਅਕਤੀ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਹ ਪਿਛਲੇ 50 ਸਾਲਾਂ ਤੋਂ ਨਹਾਇਆ ਨਹੀਂ ਸੀ ਇਸ ਲਈ ਉਸ ਨੂੰ ਦੁਨੀਆ ਦਾ ਸਭ ਤੋਂ ਗੰਦਾ ਆਦਮੀ ਕਿਹਾ ਜਾਂਦਾ ਸੀ ਦੁਨੀਆ ਦਾ ਸਭ ਤੋਂ ਗੰਦਾ ਆਦਮੀ ਕਹੇ ਜਾਣ ਵਾਲੇ ਇਸ ਵਿਅਕਤੀ ਦਾ ਨਾਮ ਅਮਾਉ ਹਾਜ਼ੀ ਦੱਸਿਆ ਜਾ ਰਿਹਾ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਅਮਾਉ ਹਾਜ਼ੀ ਨੂੰ ਡਰ ਸੀ ਕਿ ਜੇਕਰ ਉਹ ਨਹਾਇਆ ਤਾਂ ਉਸ ਨੂੰ ਇਨਫੈਕਸ਼ਨ ਹੋ ਜਾਏਗੀ ਇਸ ਲਈ ਉਹਨਾਂ ਨੇ ਨਹਾਉਣਾ ਛੱਡ ਦਿੱਤਾ ਸੀ ਅਮਾਉ ਹਾਜ਼ੀ ਦੱਖਣੀ ਫੋਰਸ ਸੂਬੇ ਦੇ ਦੇਜਗਾਹ ਪਿੰਡ ਵਿੱਚ ਇਕੱਲੇ ਰਹਿੰਦੇ ਸਨ आईआरएनए ਦੀ ਰਿਪੋਰਟ ਦੇ ਮੁਤਾਬਕ ਉਹਨਾਂ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ ਸਾਲ 2013 ਵਿੱਚ ਇਸ ਵਿਅਕਤੀ ਉੱਤੇ ਦ ਸਟ੍ਰੇਂਜ ਲਾਈਫ ਆਫ ਅਮਾਉ ਹਾਜੀ ਨਾਂ ਦੀ ਇੱਕ ਛੋਟੀ ਡਾਕੂਮੈਂਟਰੀ ਵੀ ਬਣੀ ਸੀ ਡਾਕੂਮੈਂਟਰੀ ਵਿੱਚ ਦਿਖਾਇਆ ਹੈ ਕਿ ਅਮਾਉ ਹਾਜੀ ਆਪਣੀ ਜ਼ਿੰਦਗੀ ਕਿਵੇਂ ਜੀਉਂਦੇ ਨੇ ਖਬਰਾਂ ਦੇ ਅਨੁਸਾਰ ਹਾਜੀ ਨੇ ਬਿਮਾਰ ਹੋਣ ਦੇ ਡਰੋਂ ਨਹਾਉਣ ਤੋਂ ਪਰੇਸ਼ਕੀਤਾ ਪਰ ਪਹਿਲੀ ਵਾਰ ਕੁਝ ਮਹੀਨੇ ਪਹਿਲਾਂ ਪਿੰਡ ਵਾਲੇ ਉਸ ਨੂੰ ਨਹਾਉਣ ਲਈ ਬਾਥਰੂਮ ਵਿੱਚ ਲੈ ਗਏ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੀ ਜਵਾਨੀ ਦੇ ਕੁਝ ਸਦਮਿਆਂ ਤੋਂ ਉੱਪਰ ਨਹੀਂ ਸਕੇ ਜਿਸ ਕਾਰਨ ਉਹਨਾਂ ਨੇ ਨਹਾਉਣ ਤੋਂ ਇਨਕਾਰ ਕਰ ਦਿੱਤਾ ਸੀ ਇੱਕ ਰਿਪੋਰਟ ਦੇ ਮੁਤਾਬਕ ਹਾਜੀ ਸੜਕ ਕਿਨਾਰੇ ਮਰਨ ਵਾਲੇ ਜਾਨਵਰਾਂ ਨੂੰ ਖਾਂਦੇ ਸੀ ਉਹਨਾਂ ਦਾ ਮੰਨਣਾ ਸੀ ਕਿ ਸਫਾਈ ਉਹਨਾਂ ਨੂੰ ਬਿਮਾਰ ਕਰ ਦੈਂਗੀ ਹਾਜੀ ਦੀ ਮੌਤ ਤੋਂ ਬਾਅਦ ਇਸ ਗੈਰ ਅਧਿਕਾਰਤ ਰਿਕਾਰਡ ਇੱਕ ਭਾਰਤੀ ਵਿਅਕਤੀ ਦੇ ਕੋਲ ਜਾ ਸਕਦਾ ਹੈ ਜਿਸ ਨੇ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਸਮੇਂ ਤੱਕ ਇਸ਼ਨਾਨ ਨਹੀਂ ਕੀਤਾ ਪਵਿੱਤਰ ਸ਼ਹਿਰ ਵਾਰਾਨਸੀ ਦੇ ਬਾਹਰ ਇੱਕ ਪਿੰਡ ਦੇ ਕਿਲਾਸ਼ ਕਲਾਉਸਿੰਗ ਨੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੱਕ ਇਸ਼ਨਾਨ ਨਹੀਂ ਕੀਤਾ ਕਲਾਉਸਿੰਗ ਹਰ ਸ਼ਾਮ ਅੱਗ ਬਾਲ ਕੇ ਸਿਗਰਟ ਪੀਂਦਾ ਸੀ ਕਲਾਉ ਵੇ ਇੱਕ ਲੱਤ ਤੇ ਖੜੇ ਹੋ ਕੇ ਭਗਵਾਨ ਸ਼ਿਵ ਦੀ ਪੂਜਾ ਕਰਦਾ ਸੀ ਇਹ ਤਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਾਸ਼ਟਰੀਆ ਕਾਲ